ਜਾ ਪੁੱਤ ਪਾਪਾ ਨੂੰ ਕਹਿ ਅਲਾਹੀ ਕੋਲੋਂ ਰੱਖੜੀ ਬਣਵਾ ਲਓ ਤੁਸੀਂ ਵੀ, ਫਿਰ ਮੈਂ ਵੀ ਜਾਣਾ, ਤੇਰੇ ਮਾਮੂ ਵੀ ਤਾਂ ਵੇਟ ਕਰਦੇ ਪਏ ਨੇ, ਜਾ ਕਹਿ ਕੇ ਆ। ਠੀਕ ਹੈ ਮੰਮਾ। ਜਲਦੀ ਕਰ ਲਓ, ਮੈਂ ਵੀ ਜਾਣਾ, ਮੇਰਾ ਵੀ ਭਰਾ ਵੇਟ ਕਰ ਰਿਹਾ ਹੁਣ। ਚਲੋ ਮੰਮੀ ਜੀ, ਇਹ ਦੇਖਿਓ, ਇਹ ਨਾ ਹੁਨਰ ਨੇ ਡਰੈਸ ਮੰਗਵਾਈ ਜੇ ਅਲਾਹੀ ਵਾਸਤੇ ਔਨਲਾਈਨ, ਦੇਖੋ ਕਿੰਨੀ ਪਿਆਰੀ ਡਰੈਸ ਹੈ। ਅੱਛਾ ਮੰਮੀ ਜੀ, ਮੈਂ ਵੀ ਚੱਲਦੀ ਹਾਂ ਹੁਣ, ਟਿੰਮੀ ਬਾਹਰ ਵੇਟ ਕਰਦੇ ਪਏ ਨੇ। ਤੁਹਾਡੀ ਨਾ ਰੋਟੀ ਮੈਂ ਬਣਾ ਕੇ ਰੱਖਤੀ ਹੈ, ਤੁਸੀਂ ਖਾ ਲੈਣਾ, ਔਰ ਆਪਣਾ ਧਿਆਨ ਰੱਖਣਾ, ਮੈਂ ਸ਼ਾਮੀ ਜਲਦੀ ਆਉਣ ਦੀ ਕੋਸ਼ਿਸ਼ ਕਰਾਂਗੀ। ਵੀਰਾ ਵੀ ਵੇਟ ਕਰ ਰਿਹਾ, ਅਤੇ ਅਜੇ ਮੈਂ ਬਾਜ਼ਾਰ ਵੀ ਜਾਣਾ, ਡੱਬਾ ਵੀ ਲੈਣਾ ਅਤੇ ਰੱਖੜੀ ਵੀ ਲੈਣੀ ਆ, ਬਹੁਤ ਕੰਮ ਹੈ ਮੰਮੀ। ਅੱਛਾ ਠੀਕ ਹੈ, ਓਕੇ ਬਾਏ। ਅੱਛਾ ਰੋਟੀ ਖਾ ਲਈ ਸੀ ਤੁਸੀਂ? ਮੰਮੀ ਅੱਜ ਨਾ ਬੜਾ ਮਜ਼ਾ ਆਇਆ ਜੇ, ਵੀਰੇ ਨੇ ਦੋ ਸੂਟ ਦਿੱਤੇ ਮੈਨੂੰ, ਨਾਲ ਕੈਸ਼ ਦਿੱਤਾ। ਚਲੋ ਕੈਸ਼ ਦੀ ਤਾਂ ਕੀ ਗੱਲ ਹੈ, ਪਰ ਮਜ਼ਾ ਬੜਾ ਆਇਆ ਮੰਮੀ। ਕੀ ਗੱਲ ਮੰਮੀ, ਤੁਸੀਂ ਰੋ ਰਹੇ ਹੋ? ਨਹੀਂ, ਮੈਂ ਸਵੇਰੇ ਵੀ ਦੇਖ ਰਹੀ ਸੀ, ਤੁਸੀਂ ਸੁਸਤ ਜੇ ਲੱਗੇ ਮੈਨੂੰ, ਕੀ ਗੱਲ? ਨਹੀਂ ਕੋਈ ਗੱਲ ਨਹੀਂ। ਕੋਈ ਨਾ ਕੋਈ ਗੱਲ ਤੇ ਹੈ ਮੰਮੀ, ਏਦਾਂ ਤੁਸੀਂ ਰੋਂਦੇ ਨਹੀਂ ਹੋ, ਦੱਸੋ ਨਾ ਕੀ ਹੋਇਆ। ਕੀ ਦੱਸਾਂ ਤੈਨੂੰ, ਆਪੇ ਨੇ ਦੇਖਿਆ ਕਿ ਮੇਰੇ ਪੁੱਤਰ ਦੀ ਦੁਨੀਆਂ 'ਤੇ ਸਾਂਝ ਕੋਈ ਨਹੀਂ। ਇਹਨੇ ਵਾਹਿਗੁਰੂ ਅੱਗੇ ਅਰਦਾਸਾਂ ਕਰ ਕਰਕੇ ਧੀ ਲਈ ਕਿ ਮੇਰੇ ਪੁੱਤ ਨੂੰ ਰੱਖੜੀ ਬੰਨ੍ਹਣ ਵਾਲੀ ਭੈਣ ਹੋਣੀ ਚਾਹੀਦੀ ਹੈ। ਚਲੋ ਵਾਹਿਗੁਰੂ ਨੇ ਦੇ ਦਿੱਤੀ, ਇਹਦੀ ਭੈਣ ਆਪਣੀ ਬਾਹਰ ਹੈ, ਉਹਨੇ ਰੱਖੜੀ ਭੇਜੀ, ਇਹਨੇ ਧੀ ਕੋਲ ਬਣਵਾ ਲਈ। ਅਤੇ ਮੇਰਾ ਦੱਸ, ਮੇਰਾ ਦਿਲ ਨਹੀਂ ਕਰਦਾ, ਮੇਰਾ ਇੱਕ ਭਰਾ ਦੁਨੀਆਂ ਤੋਂ ਚਲਾ ਗਿਆ, ਇੱਕ ਹੈ ਉਹਦੇ ਨਾਲ ਲਾੜਾ ਆ, ਉਹਨਾਂ ਨੂੰ ਕਹਿ ਕੇ ਤੁਸੀਂ ਮੇਰੇ ਘਰ ਨਹੀਂ ਵੜਨਾ ਅਤੇ ਮੈਂ ਤੁਹਾਡੇ ਘਰ ਨਹੀਂ ਵੜਨਾ, ਮੇਰਾ ਦੱਸ ਕੀ ਕਸੂਰ ਹੈ? ਸਵੇਰੇ ਤੂੰ ਕਿੱਡੇ ਚਾਅ ਨਾਲ ਗਈ ਹੈ ਨਾ ਕਿ ਮੈਂ ਜਲਦੀ ਜਾਵਾਂ, ਮੈਂ ਸਮਾਨ ਵੀ ਲੈਣਾ, ਮੇਰਾ ਵੀਰ ਮੇਰੀ ਇੰਤਜ਼ਾਰ ਕਰਦਾ ਹੋਣਾ, ਇੱਦਾਂ ਮੇਰਾ ਵੀਰ ਤਾਂ ਮੇਰੀ ਇੰਤਜ਼ਾਰ ਕਰਦਾ ਹੋਣਾ ਨਾ, ਉਹਦੀਆਂ ਅੰਦਰਾਂ ਕਿੰਨੀਆਂ ਤੜਫਦੀਆਂ ਹੋਣੀਆਂ ਨੇ ਜਿੰਝ ਮੇਰੀਆਂ ਤੜਫਦੀਆਂ ਪਈਆਂ ਨੇ। ਮੰਮੀ ਜੀ, ਮੈਂ ਸਮਝਦੀ ਹਾਂ ਤੁਹਾਡੀ ਤਕਲੀਫ, ਪਰ ਮੈਂ ਵੀ ਕੀ ਕਰਾਂ, ਇਹਨਾਂ ਨੇ ਤਾਂ ਮੇਰਾ ਜਾਣਾ ਵੀ ਪੇਕੇ ਬੰਦ ਕਰਤਾ ਸੀ, ਤੁਹਾਨੂੰ ਪਤਾ ਨਾ 2 ਸਾਲ ਵਾਸਤੇ ਮੈਨੂੰ ਨਹੀਂ ਸੀ ਜਾਣ ਦਿੱਤਾ ਇਹਨਾਂ ਨੇ, ਹਾਲਾਂਕਿ ਮੇਰੇ ਪੇਕੇ ਵੀ ਇੰਨੀ ਕੋਲ ਨੇ, ਬਸ ਇਹਨਾਂ ਦਾ ਸੁਭਾਅ ਹੀ ਇੱਦਾਂ ਦਾ, ਕੀ ਕਰ ਸਕਦੇ ਹਾਂ। ਉਹ ਤਾਂ ਮੈਨੂੰ ਪਤਾ ਤੀ ਹੈ, ਬੜੇ ਮਾੜੇ ਸੁਭਾਅ ਦਾ ਹੈ। ਚਲੋ ਬਹੁਤੀ ਲੰਘ ਗਈ ਹੈ, ਥੋੜ੍ਹੀ ਰਹਿ ਗਈ ਹੈ, ਸ਼ਾਇਦ ਮਾਂ ਦੇ ਜਾਣ ਤੋਂ ਬਾਅਦ ਹੀ ਮਾਂ ਦੇ ਰਿਸ਼ਤਿਆਂ ਦੀ ਕਦਰ ਪਏ। ਪਰ ਸੋਨੇ, ਤੂੰ ਅੰਦਰ ਆਈ ਹੈ ਨਾ, ਤੇਰੇ ਨਾਲ ਲਾਹੀ ਆਈ ਹੈ, ਟਿੰਮੀ ਕਿੱਥੇ ਹੈ? ਉਹ ਮੰਮੀ ਜੀ, ਅਲਾਈ ਨਾ ਬੜਾ ਤੰਗ ਕਰਦੀ ਵੀ ਸੀ, ਤਾਂ ਉਹਨੂੰ ਦੁਕਾਨ 'ਤੇ ਲੈ ਕੇ ਗਏ ਨੇ ਕੁਛ ਦਵਾਉਣ ਵਾਸਤੇ। ਚੱਲ ਜੀ, ਕੀ ਗੱਲ, ਕੀ ਆ ਸੋਨੀ, ਪਾਣੀ ਪਿਆ ਏ? ਲਿਆ ਰਹੀ।
ਲਓ। ਮੰਮੀ ਨੂੰ ਕੀ ਆ, ਉਹ ਕਿਉਂ ਮੂੰਹ ਬਣਾ ਕੇ ਬੈਠੀ ਆ ਦਿਨ ਤਿਉਹਾਰ ਵਾਲੇ ਦਿਨ? ਇੱਕ ਭਰਾ ਉਹਦਾ ਹੈ ਨਹੀਂ ਤੇ ਜਿਹੜਾ ਹੈ ਉਹ ਇੰਤਜ਼ਾਰ ਕਰ ਰਿਹਾ ਆਪਣੀ ਭੈਣ ਦੀ। ਉਹਦਾ ਵੀ ਤਾਂ ਦਿਲ ਕਰਦਾ ਨਾ ਰੱਖੜੀ ਬੰਨਣ ਨੂੰ। ਅੱਛਾ, ਹੁਣ ਬੁੱਢੇ ਵਰੇ ਤੁਸੀਂ ਰੱਖੜੇ ਬੰਨਣ ਜਾਣਾ? ਕਮਾਲ ਹੋ ਗਈ ਤੁਹਾਡੇ ਵਾਲੀ, ਮੈਨੂੰ ਤਾਂ ਤੁਹਾਡੀ ਨਹੀਂ ਸਮਝ ਆਉਂਦੀ। ਵੈਸੇ ਟਿੰਮੀ, ਮੈਂ ਤੈਨੂੰ ਕੁਛ ਕਹਿਣਾ ਨਹੀਂ ਸੀ ਚਾਹੁੰਦੀ, ਪਰ ਜਿਹੜਾ ਤੂੰ ਸਵਾਲ ਕੀਤਾ ਨਾ ਉਹਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੈ। ਇਨਸਾਨ ਬੁੱਢਾ ਹੁੰਦਾ, ਰਿਸ਼ਤੇ ਨਹੀਂ। ਜਦ ਤੂੰ ਬੁੱਢਾ ਹੋਏਗਾ ਆਪਣੀ ਭੈਣ ਕੋਲ ਰੱਖੜੀ ਬਣਾਉਣੀ ਬੰਦ ਕਰ ਦੇਗਾ, ਉਹਨਾਂ ਮਿਲਣਾ ਵਰਤਣਾ ਬੰਦ ਕਰ ਦੇਗਾ। ਦੇ ਜਵਾਬ ਇਸ ਗੱਲ ਦਾ ਮੈਨੂੰ। ਇਸ ਤਰ੍ਹਾਂ ਤੁਹਾਡੀ ਬੇਫਾਲਤੂ ਦੀ ਗੱਲ ਦਾ ਜਵਾਬ ਮੇਰੇ ਕੋਲ ਨਹੀਂ ਹੈ, ਪਰ ਉਹ ਘਟੀਆ ਬੰਦੇ ਨੇ, ਮੈਂ ਉਹਨਾਂ ਦੇ ਨਹੀਂ ਜਾਣਾ। ਜਿਹੜਾ ਇਨਸਾਨ ਕਿਸੇ ਦੇ ਲੋੜ ਪਏ ਤੇ ਕੰਮ ਨਾ ਨਾ ਆਏ, ਉਹ ਬੰਦੇ ਕਿਸੇ ਕੰਮ ਦੇ ਨਹੀਂ ਹੁੰਦੇ। ਟਿੰਮੀ ਫਿਰ ਕੀ ਹੋ ਗਿਆ? ਮੰਮੀ ਨੂੰ ਲੈ ਜਾਓ, 2 ਮਿੰਟ ਲੱਗਣੇ ਨੇ, ਜਾ ਕੇ ਰੱਖੜੀ ਬੰਨ ਕੇ ਆ ਜਾਏਗੀ ਮੰਮੀ, ਮੰਮੀ ਵੀ ਖੁਸ਼ ਹੋ ਜਾਏਗੀ। ਅੱਛਾ, ਹੁਣ ਤੁਹਾਡੇ ਦੋਨਾਂ ਦਾ ਕਹਿਣ ਦਾ ਮਤਲਬ ਇਹ ਆ ਉਹਨਾਂ ਬੇਗੈਰਤਾਂ ਦੇ ਸਾਹਮਣੇ ਮੈਂ ਜਾ ਕੇ ਝੁੱਕ ਜਾਂ, ਮਾਫ਼ੀ ਮੰਗ ਲਾਂ, ਉਹ ਕੰਮ ਨਹੀਂ ਮੇਰੇ ਤੋਂ ਹੋਣ ਲੱਗ। ਧੀਏ ਰਹਿਣ ਦੇ, ਕੋਈ ਫਾਇਦਾ ਨਹੀਂ ਇਹਦੇ ਨਾਲ ਗੱਲ ਕਰਨ ਦਾ। ਕੋਈ ਨਹੀਂ ਮੰਮੀ ਜੀ, ਤੁਸੀਂ ਟੈਨਸ਼ਨ ਨਾ ਲਵੋ, 1 ਮਿੰਟ ਮੈਨੂੰ ਗੱਲ ਕਰ ਲੈਣ ਦਿਓ। ਮੰਗ ਲਓ ਮਾਫ਼ੀ, ਝੁੱਕ ਜਾਓ। ਸਿਆਣੇ ਕਹਿੰਦੇ ਨੇ ਨਾ, ਹਮੇਸ਼ਾ ਝੁੱਕੇ ਹੋਏ ਰੁੱਖਾਂ ਨੂੰ ਹੀ ਫਲ ਲੱਗਦਾ, ਅਤੇ ਤੁਸੀਂ ਮਾਫ਼ੀ ਮੰਗਣੀ ਕਿਹਦੇ ਪਿੱਛੇ ਆ? ਆਪਣੀ ਮਾਂ ਪਿੱਛੇ ਨਾ, ਅਤੇ ਜਿਨ੍ਹਾਂ ਕੋਲੋਂ ਮੰਗਣੀ ਹੈ ਉਹ ਕਿਹੜੇ ਬਗਾਨੇ ਨੇ? ਉਹ ਵੀ ਤਾਂ ਸਾਡੇ ਆਪਣੇ ਨੇ। ਮਾਮਾ ਜੀ ਵੱਡੇ ਨੇ, ਜੇ ਤੁਸੀਂ ਉਹਨਾਂ ਕੋਲੋਂ ਮਾਫ਼ੀ ਮੰਗ ਵੀ ਲਓਗੇ ਤਾਂ ਕੀ ਫਰਕ ਪੈ ਚੱਲਿਆ? ਜੇ ਮਾਂ ਇੰਨਾ ਸੈਕਰੀਫਾਈਸ ਕਰ ਸਕਦੀ ਆਪਣੇ ਬੱਚੇ ਪਿੱਛੇ, ਤਾਂ ਕੀ ਬੱਚਾ ਨਹੀਂ ਕਰ ਸਕਦਾ? ਇੱਕ ਮਾਂ ਨੂੰ ਦੁਖੀ ਕਰਕੇ ਤੁਸੀਂ ਕਿਹੜੇ ਖੁਸ਼ ਰਹਿ ਜਾਓਗੇ? ਜੇ ਤੁਹਾਨੂੰ ਜ਼ਿਆਦਾ ਹੀ ਤਕਲੀਫ ਹੈ, ਜ਼ਿਆਦਾ ਹੀ ਪਰੇਸ਼ਾਨੀ ਹੈ ਨਾ, ਤਾਂ ਤੁਸੀਂ ਕਾਰ 'ਚ ਬੈਠੇ ਰਹੋ, ਮੰਮੀ ਜਾ ਕੇ ਰੱਖੜੀ ਬੰਨ ਆਉਣਗੇ। ਰਹਿਣ ਦੇ ਧੀਏ, ਕੋਈ ਫਾਇਦਾ ਨਹੀਂ ਗੱਲ ਕਰਨ ਦਾ। ਔਰਤ 'ਤੇ ਸ਼ੁਰੂ ਤੋਂ ਹੀ ਪਾਬੰਦੀਆਂ ਲੱਗਦੀਆਂ ਆਈਆਂ ਨੇ। ਜਦੋਂ ਧੀ ਹੁੰਦੀ ਹੈ ਤਾਂ ਪਾਬੰਦੀਆਂ, ਜਦੋਂ ਨੂੰਹ ਬਣਦੀ ਹੈ ਤਾਂ ਪਾਬੰਦੀਆਂ, ਜਦੋਂ ਮਾਂ ਬਣ ਜਾਂਦੀ ਹੈ ਤਾਂ ਪਾਬੰਦੀਆਂ, ਜਦੋਂ ਸੱਸ ਬਣਦੀ ਹੈ ਤਾਂ ਪਾਬੰਦੀਆਂ, ਜਦੋਂ ਬਜ਼ੁਰਗ ਹੋ ਜਾਂਦੀ ਹੈ ਨਾ ਇੱਕ ਔਰਤ, ਫਿਰ ਉਹ ਮੁਹਤਾਜ ਹੋ ਜਾਂਦੀ ਹੈ। ਮੰਮੀ, ਤੁਸੀਂ ਕੋਈ ਕਿਸੇ ਦੇ ਮੁਹਤਾਜ ਨਹੀਂ ਹੈਗੇ, ਉੱਠੋ ਤਿਆਰ ਹੋਵੋ ਅਤੇ ਮਾਮਾ ਜੀ ਨੂੰ ਅਸੀਂ ਰੱਖੜੀ ਬੰਨ ਕੇ ਆਈਏ। ਚਲੋ ਹੋ ਜਾਓ ਤਿਆਰ, ਜਿਹੜੀ ਚੀਜ਼ ਲੈਣੀ ਹੈ ਉਹ ਤੁਹਾਨੂੰ ਦਵਾ ਦਾਂਗਾ, ਤੁਸੀਂ ਮਾਮਾ ਜੀ ਵਾਸਤੇ ਲੈ ਜਾਓ। ਇਨਸਾਨ ਬਜ਼ੁਰਗ ਹੁੰਦਾ, ਰਿਸ਼ਤਾ ਕਦੀ ਬਜ਼ੁਰਗ ਨਹੀਂ ਹੁੰਦਾ। ਰੱਖੜੀ ਦਾ ਤਿਉਹਾਰ ਆ ਰਿਹਾ ਜੀ, ਸਾਰੇ ਮਿਲ ਜੁਲ ਕੇ ਮਨਾਇਓ। ਬਾਕੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਔਰ ਲਾਈਕ ਵੀ ਜ਼ਰੂਰ ਕਰਿਓ। ਜਿਹੜੇ ਸਾਨੂੰ ਫੇਸਬੁੱਕ 'ਤੇ ਨਵੇਂ ਦੇਖ ਰਹੇ ਨੇ ਉਹ ਸਾਡੇ ਪੇਜ ਨੂੰ ਫੋਲੋ ਕਰ ਲਓ, ਔਰ ਜਿਹੜੇ ਸਾਨੂੰ ਯੂਟਿਊਬ 'ਤੇ ਨਵੇਂ ਦੇਖ ਰਹੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਸੋ ਮਿਲਦੇ ਹਾਂ ਜੀ ਤੁਹਾਨੂੰ ਨਵੀਂ ਵੀਡੀਓ ਦੇ ਨਾਲ, ਨਵੇਂ ਮੈਸੇਜ ਦੇ ਨਾਲ। ਹੁਣ ਦਿਓ ਜੀ ਇਜਾਜ਼ਤ, ਸਤਿ ਸ਼੍ਰੀ ਅਕਾਲ।